इन्हू चक के आपकी मोटर ते लै गए, मोटर ते जाके फिर कुटमार की। हुण मैं आप वीरां नूं दस नहीं सकता कि इस वीर ने मैनू की कुछ कहा कि मेरे नाल की कीता मोटर ते ले जाके। इन्होंने बहुत भैड़िया भैड़िया हरकतां कीतियां, कुटमार तां कीती ते जलालत देने वास्ते, इन्हू जलील करने वास्ते होर बहुत भैड़िया भैड़िया गल्लां इहदे नाल कीतियां, जिहड़ा मतलब यह बंदा सारी उम्र उन्हां सामने झाक ना सके। वह कहिंदे आ कहिंदे चुड़िया तेरी जिहड़ी थां साडे पैरां विच आ, तू साडे बराबर नहीं बन सकदा। वाहिगुरू जी का खालसा, श्री वाहिगुरू जी की फतेह। बई मैं मजहबी सिख चो बिलोंग करदा गा, मैनू जिमीदारां ने बड़ी बेरहमी नाल कुट्टिया, मेरे नाल उत सदर किए, मैं तुहानू दस भी नहीं सकदा गा। मैं गरीब परिवार चो बिलोंग करदा गा, मेरे दो बच्चे आ छोटे छोटे, मेरे नाल बहुत भैड़ी कुट मार के। 4 तरीक नूं एक बड़ी दिल कमाउण वाली घटना हुई आ ਬਠਿੰਡੇ ਸ਼ਹਿਰ 'ਚ, ਨਾਲ ਕੋਈ ਪਿੰਡ ਆ। ਪਹਿਲਾਂ ਤਾਂ ਜੇ ਕੋਈ ਵੀਰ ਜੁੜਦਾ ਹੈ ਨਾ ਤੇ ਉਹ ਵੀਡੀਓ ਨੂੰ ਗਰੁੱਪਾਂ ਵਿੱਚ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਸਾਡੇ ਗਰੀਬ ਪਰਿਵਾਰ ਕੋਲ, ਗਰੀਬ ਸਮਾਜ ਦੇ ਵੀਰਾਂ ਕੋਲ ਵੀਡੀਓ ਜਾ ਸਕੇ ਅਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ, ਸਾਡੇ ਸਮਾਜ ਨਾਲ ਕੀ ਹੋ ਰਿਹਾ ਹੈ ਅਤੇ ਕੌਣ ਕਰ ਰਿਹਾ ਹੈ। ਇਹ ਪਿੰਡਾਂ ਦੇ ਜਿਹੜੇ ਘੜਮ ਚੌਧਰੀ ਆ, ਇਹ ਨਹੀਂ ਹਟਦੇ ਗਏ, ਇਹ ਜਾਤੀਵਾਦ ਨਹੀਂ ਜਾਣ ਦੇਣਾ ਇਹਨਾਂ ਨੇ ਪੰਜਾਬ 'ਚੋਂ। ਦਾੜੇ ਵੀ ਰੱਖ ਲਏ, ਕਿਰਪਾਨਾਂ ਵੀ ਪਾ ਲਈਆਂ, ਪਰ ਜਾਤੀਵਾਦ ਇਹ ਨਹੀਂ ਪੰਜਾਬ 'ਚ ਜਾਣ ਦਿੰਦੇ। ਅਤੇ ਇਹਨਾਂ ਨੇ ਉਹ ਕੱਢੀ ਵੀਡੀਓ, ਉਹ ਪਹਿਲਾਂ ਤੁਹਾਨੂੰ ਵੀਡੀਓ ਦਿਖਾ ਦਈਏ ਸੰਗਤ ਜੀ ਕਿ ਕਿਵੇਂ ਉਹ ਮੁੰਡਾ ਉਹਦਾ ਦਰਦ ਬਿਆਨ ਕਰਦਾ। ਇਸ ਕਰਕੇ ਮੈਂ ਸਾਰੇ ਲੋਕ ਸੰਦੇਸ਼ਾ ਦੇਣਾ ਚਾਹੁੰਦਾਗਾ ਵੀ ਬਈ ਜੇ ਮੈਂ ਅੱਜ ਮਜ਼ਬੀ ਸਿੰਘ ਸੀਗਾ, ਮੈਂ ਗਰੀਬ ਘਰੋਂ ਸੀਗਾ, ਤਾਂ ਮੇਰੇ ਨਾਲ ਉਹਨਾਂ ਨੇ ਇਹ ਹਾਲ ਕੀਤਾ। ਜੋ ਵੀ ਮੈਂ ਕਦਮ ਚੱਕੂੰਗਾ ਉਸ ਦੇ ਜ਼ਿੰਮੇਵਾਰ ਉਹ ਆ, ਪਰ ਮੈਂ ਨਹੀਂ ਚਾਹੁੰਦਾ ਸੀ ਵੀ ਮੈਂ ਅੱਜ ਕੁਛ ਕਰਾਂ। ਮੈਂ ਵਧੀਆ ਜਵਾਕਾਂ 'ਚ ਹੱਸਦਾ ਖੇਡਦਾ ਸੀਗਾ, ਮੇਰੀ ਉਹਨਾਂ ਨੇ ਜ਼ਿੰਦਗੀ ਬਰਬਾਦ ਕਰਤੀ। ਬਈ ਜੀ ਮੈਨੂੰ ਚੱਕ ਕੇ ਲੈ ਗਏ, ਉਹ ਆਪਦੀ ਮੋਟਰ 'ਤੇ ਲੈ ਗਏ, ਉਹਨਾਂ ਨੇ ਮੇਰਾ ਜਾਤੀ ਸੂਚਕ ਕੀਤਾ, ਉਹਨਾਂ ਨੇ ਮੇਰੇ ਨਾਲ ਇੰਨੀ ਭੈੜੀ ਕੀਤੀ ਕਿ ਮੈਂ ਤੁਹਾਨੂੰ ਬਿਆਨ ਵੀ ਨਹੀਂ ਕਰ ਸਕਦਾ ਗਾ। ਉਹਨਾਂ ਨੇ ਮੇਰੇ ਨਾਲ ਬਹੁਤ ਜ਼ਿਆਦਾ ਬੇਰਹਿਮੀ ਕੀਤੀ, ਜੋ ਕਿ ਜੱਟ ਸੀਗੇ, 15-16 ਜਣੇ ਰਲੇ ਵੇ, ਉਹਨਾਂ ਨੇ ਮੇਰੇ ਨਾਲ ਬਹੁਤ ਮਾੜੀ ਕੀਤੀ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਗਾ। ਤੁਸੀਂ ਬਾਕੀ ਮੇਰਾ ਹਾਲ ਦੇਖ ਹੀ ਲਿਆ ਹੋਊਗਾ। ਉਹਨਾਂ ਨੇ ਮੇਰੇ ਨਾਲ ਬਹੁਤ ਜ਼ਿਆਦਾ ਨਜਾਇਜ਼ ਮਾੜੀ ਕੀਤੀ। ਜੇ ਮੈਂ ਇਸ ਕਰਕੇ ਕਹਿਣਾ ਵੀਰੋ, ਜੇ ਮਜ਼ਬੀ ਸਿੰਘ ਦੇ ਘਰ ਜਨਮ ਲੈਣਾ ਤਾਂ ਜੱਟ ਦੇ ਥੱਲੇ ਲਾ ਕੇ ਲੈਣਾ ਹੋਊਗਾ। ਤੁਸੀਂ ਜੱਟ ਤੋਂ ਉੱਤੇ ਨਹੀਂ ਰੋਕ ਸਕਦੇ ਗੇ, ਜੱਟ ਤੋਂ ਨਹੀਂ ਰਹਿ ਸਕਦੇ ਗੇ, ਜੱਟ ਤੋਂ ਵੀ ਉੱਤੇ ਹੋ ਕੇ ਰਹਿ ਲਓਗੇ ਤੁਸੀਂ, ਨਹੀਂ ਇਹ ਕਦੇ ਵੀ ਨਹੀਂ ਹੋ ਸਕਦਾ। ਕਿਉਂਕਿ ਮਜ਼ਬੀ ਸਿੰਘ ਦੀ ਕੋਈ ਪਹਿਲੂ ਹੈ ਨਹੀਂ, ਪਤਾ ਕੀ ਦੱਸਿਆ ਉਹਨਾਂ ਨੇ ਮੈਨੂੰ, ਕੋਈ ਚੂੜਿਆ ਤੇਰੀ ਕਾਰ, ਪਤਾ ਕੀ ਆ ਥੱਲੇ ਗਿੱਟਾ ਚਾਹ ਤੇ ਗਿੱਟਾ 'ਚ ਹੀ ਰਹੂਗੀ। ਉਹਨਾਂ ਨੇ ਮੇਰੇ ਨਾਲ ਇਹ ਹਾਲ ਕੀਤਾ। ਇਹ ਸਾਡੇ ਪ੍ਰਤੀ ਇਹ ਲੋਕ ਕਮੈਂਟ ਕਰਦੇ ਆ ਕਿ ਅਸੀਂ ਨਾ ਜਾਤੀਵਾਦ ਨੂੰ ਬੜਾਵਾ ਦਿੰਦੇ ਹਾਂ, ਵੀ ਇਹੋ ਜਿਹੀ ਕਿਤੇ ਗੱਲ ਹੋਈ ਨਹੀਂ, ਨਾ ਕੋਈ ਇੱਦਾਂ ਕੁੱਟਮਾਰ ਕਰਦਾ ਹੈ। ਇਹ ਲੋਕ ਸਾਨੂੰ ਮਤਲਬ ਇਹ ਇਲਜ਼ਾਮ ਲਾਉਂਦੇ ਸਾਡੇ 'ਤੇ। ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰੋ। ਹੁਣ ਗੱਲ ਕੀ ਆ, ਇਹ ਕਹਿੰਦਾ ਕੱਲ੍ਹ ਮੇਰੀ ਫੋਨ 'ਤੇ ਗੱਲ ਹੋਈ ਆ ਇਸ ਮੁੰਡੇ ਨਾਲ, ਇਹ ਕਹਿੰਦਾ ਬਾਬਾ ਜੀ ਵੋਟਾਂ ਦੇ ਵਿੱਚ ਇੱਕ ਐਸੀ ਬੀਬੀ ਖੜੀ ਸੀ, ਅਸੀਂ ਕਹਿੰਦਾ ਮਦਦ ਕੀਤੀ ਉਹਦੀ, ਅਤੇ ਦੂਜੇ ਪਾਸੇ ਕਹਿੰਦਾ ਇਹਨਾਂ ਦਾ ਬੰਦਾ ਖੜਾ ਸੀ ਕੋਈ, ਦੂਜੇ ਪਾਸੇ ਕਹਿੰਦਾ ਇਹਨਾਂ ਦਾ ਬੰਦਾ ਖੜਾ ਸੀ ਕੋਈ, ਅਤੇ ਅਸੀਂ ਕਹਿੰਦਾ ਉਹਦੀ ਮਦਦ ਨਹੀਂ ਕੀਤੀ। ਉਸ ਦਿਨ ਤੋਂ ਇਹ ਕਹਿੰਦਾ ਮੇਰੇ ਦੁਸ਼ਮਣ ਬਣ ਗਏ ਬੰਦੇ। ਹੁਣ ਕਹਿੰਦਾ ਪਿੰਡ ਵਿੱਚ ਕੋਈ ਲੜਾਈ ਝਗੜਾ ਹੋਇਆ ਸੀ, ਲੜਿਆ ਕੋਈ ਹੋਰ ਸੀ, ਜਿਹੜਾ ਲੜਿਆ ਸੀ ਉਹ ਮੁੰਡਾ ਕਹਿੰਦਾ ਉਹਦੇ ਮੂੰਹੋਂ ਕਹਿੰਦਾ ਏ ਵੀ ਮੈਂ ਇਸ ਬੰਦੇ ਨੇ ਮੈਨੂੰ ਕੁਛ ਨਹੀਂ ਕਿਹਾ, ਪਰ ਇਹਨਾਂ ਬੰਦਿਆਂ ਨੇ ਆਪਦੀ ਰੰਜਿਸ਼ ਕੱਢਣ ਮਾਰਿਆਂ ਨੇ ਧੱਕੇ ਨਾਲ ਕਹਿੰਦਾ ਮੇਰੇ 'ਤੇ ਇਲਜ਼ਾਮ ਲਾ ਕੇ ਮੈਨੂੰ, ਮੈਂ ਆਪਦੇ ਕਹਿੰਦਾ ਘਰਵਾਲੀ ਨੂੰ ਨਾਲ ਲੈ ਕੇ ਅਤੇ ਜਾਈ ਜਾਂਦਾ ਸੀਗਾ, ਅਤੇ ਇਹਨਾਂ ਨੇ ਕਹਿੰਦਾ ਮੈਨੂੰ ਘੇਰ ਕੇ, ਇਹਨਾਂ ਕੁੱਤਿਆਂ ਨੇ ਘੇਰ ਕੇ ਇਹਨੂੰ, ਅਤੇ ਇਹਦੇ ਘਰਵਾਲੀ ਦੇ ਕੇਸ ਫੜ ਕੇ
ਉਹਦੀ ਗੁੱਤ ਫੜ ਕੇ ਉਹਨੂੰ ਕਿਤੇ ਘਰੀਸਿਆ, ਉੱਥੇ ਘਰੀਸ ਕੇ ਉਹਨੂੰ ਜਾਤੀ ਸੂਚੀ ਸ਼ਬਦ ਬੋਲੇ, ਗੰਦੀਆਂ ਗਾਲਾਂ ਕੱਢੀਆਂ। ਇਹ ਕਹਿੰਦਾ ਬਹੁਤ ਸਾਡਾ ਜਲੂਸ ਕੱਢਿਆ, ਸਾਨੂੰ ਕਿਸੇ ਨੇ ਛੜਾਇਆ ਨਹੀਂ। ਦੇਖੋ ਇਹ ਕੋਈ ਇਨਸਾਨਾਂ ਵਾਲੀ ਗੱਲ ਆ। ਹੁਣ ਇਹਨਾਂ ਬੰਦਿਆਂ ਨੇ ਬਹਾਨਾ ਬਣਾ ਕੇ ਉਸ ਮੁੰਡੇ ਨੂੰ ਕੁੱਟਿਆ। ਦੇਖੋ ਚੱਕ ਕੇ ਲੈ ਗਏ ਉੱਥੋਂ, ਇਹਦੇ ਘਰ ਵਾਲੀ ਨੂੰ ਕੁੱਟਮਾਰ ਕੀਤੀ, ਇਹਨੂੰ ਕੁੱਟਮਾਰ ਕੀਤੀ, ਅਤੇ ਇਹਨੂੰ ਉੱਥੇ ਕੁੱਟਮਾਰ ਕਰਕੇ ਛੱਡਿਆ ਨਹੀਂ, ਇਹਨੂੰ ਚੱਕ ਕੇ ਆਪਦੀ ਮੋਟਰ 'ਤੇ ਲੈ ਗਏ, ਮੋਟਰ 'ਤੇ ਲਿਜਾ ਕੇ ਫਿਰ ਕੁੱਟਮਾਰ ਕੀਤੀ। ਹੁਣ ਮੈਂ ਆਪ ਵੀਰਾਂ ਨੂੰ ਦੱਸ ਨਹੀਂ ਸਕਦਾ ਕਿ ਇਸ ਵੀਰ ਨੇ ਮੈਨੂੰ ਕੀ ਕੁਛ ਕਿਹਾ ਕਿ ਮੇਰੇ ਨਾਲ ਕੀ ਕੀਤਾ ਮੋਟਰ 'ਤੇ ਲਿਜਾ ਕੇ ਇਹਨਾਂ ਨੇ। ਬਹੁਤ ਭੈੜੀਆਂ ਭੈੜੀਆਂ ਹਰਕਤਾਂ ਕੀਤੀਆਂ, ਇਹਦੇ ਨਾਲ ਕੁੱਟਮਾਰ ਤਾਂ ਕੀਤੀ ਅਤੇ ਜਲਾਲਤ ਦੇਣ ਵਾਸਤੇ, ਇਹਨੂੰ ਜਲੀਲ ਕਰਨ ਵਾਸਤੇ ਹੋਰ ਬਹੁਤ ਭੈੜੀਆਂ ਭੈੜੀਆਂ ਗੱਲਾਂ ਇਹਦੇ ਨਾਲ ਕੀਤੀਆਂ, ਜਿਹੜਾ ਮਤਲਬ ਇਹ ਬੰਦਾ ਸਾਰੀ ਉਮਰ ਉਹਨਾਂ ਸਾਹਮਣੇ ਝਾਕ ਨਾ ਸਕੇ। ਉਹ ਕਹਿੰਦੇ ਆ, ਕਹਿੰਦੇ ਚੂੜਿਆ ਤੇਰੀ ਜਿਹੜੀ ਥਾਂ ਸਾਡੇ ਪੈਰਾਂ ਵਿੱਚ ਆ, ਤੂੰ ਸਾਡੇ ਬਰਾਬਰ ਨਹੀਂ ਬਣ ਸਕਦਾ ਕਦੇ ਹੋ ਸਕਦਾ। ਦੇਖੋ ਕਦੋਂ ਅਸੀਂ ਕਦੋਂ ਸੁਧਰਾਂਗੇ, ਕਦੋਂ ਸਾਡਾ ਜਿਹੜਾ ਖਾਲਸਾ ਰਾਜ ਆ ਕਦੋਂ ਸਥਾਪਿਤ ਹੋਊਗਾ, ਜੇ ਇਹੋ ਜਿਹੇ ਕੁੱਤੇ ਜਿਹੜੇ ਆ, ਇਹੋ ਜਿਹੇ ਕਮੀਨੇ ਬੰਦੇ ਜਿਹੜੇ ਖਾਲਸਾ ਰਾਜ ਨਹੀਂ ਬਣਦੇ ਰਹੇ, ਇਹੋ ਜਿਹੇ ਕੁੱਤੇ ਭਾਈਚਾਰਕ ਸਾਂਝ ਖਤਮ ਕਰ ਰਹੇ ਆ, ਜਿਨ੍ਹਾਂ ਦੇ ਜਿਹੜਾ ਅੰਦਰ ਆ ਕੁੱਟ ਕੁੱਟ ਕੇ ਜਾਤੀਵਾਦ ਭਰਿਆ ਇਹ ਕੁੱਟ ਕੁੱਟ ਕੇ। ਇਹਨਾਂ ਕੁੱਤਿਆਂ ਨੂੰ ਇਹ ਨਹੀਂ ਪਤਾ ਕਿ ਕੁੱਤਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹਨੂੰ ਤੁਸੀਂ ਛੱਡੀ ਬੈਠੇ ਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਸੀ ਮੈਂ ਹੂੰ ਮਜ਼ਹਬੀ, ਮਜ਼ਹਬ ਹਮਾਰਾ, ਹਿੰਦੂ ਤੁਰਕ ਦੋਵਾਂ ਤੇ ਨਿਆਰਾ। ਗੁਰੂ ਗੋਬਿੰਦ ਸਿੰਘ ਨੇ ਆਪਣੇ ਆਪ ਨੂੰ ਮਜ਼ਹਬੀ ਸੱਕਿਆ ਸੀ ਕੁੱਤਿਓ, ਅਤੇ ਫਿਰ ਗੁਰੂ ਗੋਬਿੰਦ ਸਿੰਘ ਨੂੰ ਵੀ ਤੁਸੀਂ ਕਹੋਗੇ ਵੀ ਤੁਸੀਂ ਤਾਂ ਮੰਨਦੇ ਨਹੀਂ ਉਹਨੂੰ, ਮੰਨਦੇ ਹੈ ਵੀ ਨਹੀਂ ਤੁਸੀਂ ਉਹਨੂੰ। ਇਹ ਜਾਤੀਵਾਦ 'ਚੋਂ ਨਿਕਲੋ। ਇੰਨਾ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਇਸ ਵੀਰ 'ਤੇ ਤਸ਼ੱਦਦ ਹੋਇਆ, ਇਸ ਮੁੰਡੇ 'ਤੇ ਇਹਦੇ ਘਰ ਵਾਲੀ 'ਤੇ ਤਸ਼ੱਦਦ ਹੋਇਆ, ਇਹਨੂੰ ਇਨਸਾਫ ਮਿਲਣਾ ਚਾਹੀਦਾ। ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰੋ ਕਿ ਉਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਨਹੀਂ, ਪੂਰੇ ਪੂਰੇ ਪੰਜਾਬ ਵਿੱਚ ਇਹ ਵੀਡੀਓ ਜਾਣੀ ਚਾਹੀਦੀ ਆ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ। ਅਤੇ ਜਿਹੜਾ ਬਠਿੰਡੇ ਦਾ SSP ਸਾਹਿਬ ਆ, ਬਠਿੰਡੇ ਦੇ SSP ਸਾਹਿਬ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਕਿ SSP ਸਾਹਿਬ ਇਸ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ।